ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਪੰਜਾਬ ਵਿੱਚ ਚੱਲ ਰਹੇ ਲੋਕਡਾਊਨ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਹੋ ਕੇ ਕੰਮ ਕਰ ਰਹੀਆਂ ਨੇ। ਫਗਵਾੜਾ ਨਜ਼ਦੀਕ ਮਹਿੜੂ ਦੇ ਲਾ ਗੇਟ ਤੇ ਸਮਾਜ ਸੇਵਕ ਡਿੰਪੀ ਉੱਪਲ ਵੱਲੋਂ ਆਪਣੇ ਸਾਥੀਆਂ ਸਮੇਤ ਪਿਛਲੇ 45 ਦਿਨਾਂ ਤੋਂ ਲਗਾਤਾਰ ਲੰਗਰ ਤਿਆਰ ਕਰਕੇ 3 ਤੋਂ 4 ਹਜ਼ਾਰ ਦੇ ਕਰੀਬ ਜ਼ਰੂਰਤਮੰਦਾਂ ਨੂੰ ਵਰਤਾਇਆ ਜਾ ਰਿਹਾ ਸੀ, ਜਿਸ ਦਾ ਕਿ 45ਵੇਂ ਦਿਨ ਸਮਾਪਨ ਕੀਤਾ ਗਿਆ। ਆਹ ਭਰਾਵਾਂ ਦੀ ਬਦੌਲਤ ਅੱਜ 45 ਦਿਨ ਹੋ ਗਏ ਆ, ਜਿਨ੍ਹਾਂ ਦੀ ਬਦੌਲਤ ਆ ਲੰਗਰ ਸੇਵਾ ਚੱਲ ਰਹੀ ਹੈ ਅਤੇ ਅੱਜ ਅਸੀਂ ਇਸ ਲੰਗਰ ਦਾ ਸਮਾਪਨ ਕਰਨ ਲੱਗੇ ਹਾਂ। 45 ਦਿਨ ਇਹਨਾਂ ਭਰਾਵਾਂ ਦੇ ਸੰਯੋਗ ਨਾਲ ਜੋ ਵੀ ਹੋਇਆ, ਅਨੁਰਾਗ ਜੀ ਹੋਏ, ਸਾਡੇ ਗੁਪਤਾ ਜੀ ਜਿਨ੍ਹਾਂ ਨੇ ਗੈਸ ਇੱਥੇ ਭੇਜੀ ਹੈ ਸਾਨੂੰ ਅਤੇ ਬੋਬੀ ਭਾਅ ਜੀ ਹੋਣੀ ਸਾਡੇ ਹੋਏ, ਇਹਨਾਂ ਦਾ ਬੜਾ ਹੱਥ ਹੈ। ਇਹਨਾਂ ਵੱਲ ਦੇਖ ਕੇ ਬੜਾ ਸੰਯੋਗ ਮਿਲਿਆ ਸਾਨੂੰ, ਬੜੀ ਇੱਕ ਲਾਈਨ ਮਿਲੀ ਹੈ ਯਾਰ, ਨਹੀਂ ਕੁਛ ਕਰਨਾ ਚਾਹੀਦਾ। ਜੋ ਇਹ ਕਰ ਰਹੇ ਆ, ਜੋ ਅਨੁਰਾਗ ਜੀ ਕਰ ਰਹੇ ਆ, ਗਰੀਬਾਂ ਨੂੰ ਰਾਸ਼ਨ ਦੇ ਰਹੇ ਆ, ਸਭ ਕੁਛ ਆਪਣੇ ਹੱਥੀਂ ਕਰਦੇ ਪਏ ਆ। ਮੈਨੂੰ ਪਾਰਟੀਬਾਜ਼ੀ ਨਾਲ ਨਹੀਂ ਹੈ, ਲੇਕਿਨ ਮੈਨੂੰ ਭਰਾਵਾਂ ਨਾਲ ਬਹੁਤ ਹੈ। ਇਹਨਾਂ ਦੇ ਹੌਸਲੇ ਨਾਲ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਲੰਗਰ ਦੇ ਸਮਾਪਨ ਮੌਕੇ ਸਮਾਜ ਸੇਵਕ ਜਤਿੰਦਰ ਬੋਬੀ ਤੇ ਸਾਬਕਾ ਕੌਂਸਲਰ ਅਨੁਰਾਗ ਮਾਨਖੰਡ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਲੰਗਰ ਵਰਤਾਉਣ ਦੀ ਸੇਵਾ ਕੀਤੀ। ਆਪਣੇ ਸੰਬੋਧਨ ਵਿੱਚ ਜਤਿੰਦਰ ਬੋਬੀ ਤੇ ਅਨੁਰਾਗ ਮਾਨਖੰਡ ਨੇ ਡਿੰਪੀ ਉੱਪਲ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ। ਇਹ 43 ਦਿਨ ਤੋਂ ਜਿਸ ਜਗ੍ਹਾ ਤੇ ਆਪਾਂ ਖੜੇ ਆ, ਇਹ ਮੇੜੂ ਜਿਹੜਾ LP ਯੂਨੀਵਰਸਿਟੀ ਦੇ ਨਾਲ ਦੇ ਏਰੀਆ ਤੇ ਰੋਜ਼ ਨੀਅਰ ਅਬਾਊਟ 5000 ਤੋਂ ਉੱਪਰ, ਜਿਹਦੇ ਵਿੱਚ ਲੇਬਰ ਵੀ ਸੀਗੀ, ਸਟੂਡੈਂਟ ਵੀ ਸੀਗੇ, ਸਟੂਡੈਂਟ ਕਾਫੀ ਸੀਗੇ ਤੇ ਉਹ ਸਟੂਡੈਂਟ ਸੀਗੇ ਜਿਹੜੇ ਘਰ ਨਹੀਂ ਜਾ ਪਾਏ ਸੀਗੇ ਤੇ ਵੱਖ ਵੱਖ ਮੁਲਕਾਂ ਤੋਂ ਸਟੂਡੈਂਟ ਵੀ ਸੀਗੇ ਤੇ ਵੱਖ ਵੱਖ ਕਹਿ ਲਓ ਦੇਸ਼ ਦੇ ਜਿਹੜੇ ਰਾਜ੍ਯ ਹੈਗੇ ਉਹਨਾਂ ਤੋਂ ਵੀ ਸੀਗੇ ਤੇ ਭਾਅ ਜੀ ਨੇ ਨਿਸ਼ਕਾਮ ਸੇਵਾ ਦਿਨ ਰਾਤ ਲੱਗ ਕੇ ਇੱਥੇ ਕੀਤੀ ਹੈ ਅਤੇ ਇੱਕ ਮੈਸੇਜ ਜਿਹੜੇ ਦੂਜੇ ਮੁਲਕਾਂ ਤੋਂ ਬੱਚੇ ਆਏ ਨੇ ਦੇਸ਼ ਦਾ, ਜੋ ਇੱਕ ਇਹਨਾਂ ਨੇ ਆਪਣੀ ਸੇਵਾ ਦੇ ਰਾਹੀਂ ਮੈਸੇਜ ਦਿੱਤਾ, ਬਹੁਤ ਹੀ ਵਧੀਆ ਦਿੱਤਾ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਵੀ ਦੇਸ਼ ਦਾ, ਅਸੀਂ ਦੇਸ਼ ਦੇ ਸਾਰੇ ਜਿਹੜੇ ਨਾਗਰਿਕ ਆ, ਅਸੀਂ ਬਿਲਕੁਲ ਤਾਕਤ ਨਾਲ, ਪੂਰੀ ਤਾਕਤ ਨਾਲ ਖੜ੍ਹੇ ਹਾਂ। ਅੱਜ ਸਾਡੇ ਡਿੰਪਲ ਭਾਅ ਜੀ ਦੀ ਬਦੌਲਤ 45 ਦਿਨ, ਡਿੰਪਲ ਭਾਅ ਜੀ ਨਹੀਂ, ਡਿੰਪਲ ਭਾਅ ਜੀ ਦੀ ਪੂਰੀ ਟੀਮ ਵੇਦੋ ਦੇ ਵਿੱਚ ਹਲਵਾਈ, ਉਹਨਾਂ ਸਾਰਿਆਂ ਨੂੰ ਸਲਿਊਟ ਆ। ਡਿੰਪਲ ਭਾਅ ਜੀ ਨੂੰ ਤਾਂ ਹੈਗਾ ਹੀ ਆ ਸਲਿਊਟ, ਅੱਜ ਜਿੰਨੇ ਵੀ ਮੇਰੇ ਵੀਰ ਖੜ੍ਹੇ ਇਹਨਾਂ ਦੇ ਸਾਰਿਆਂ ਨੂੰ ਸਲਿਊਟ ਆ ਇਸ ਚੀਜ਼ ਦਾ ਕਿ ਇਹਨਾਂ ਨੇ ਡਿੰਪਲ ਭਾਅ ਜੀ ਦਾ ਤਹਿ ਦਿਲੋਂ ਸਾਥ ਦਿੱਤਾ ਵਾ। ਮੈਂ ਬਹੁਤ ਖੁਸ਼ ਹਾਂ, ਮੈਂ ਅੱਜ ਪਹਿਲੀ ਵਾਰੀ ਆਪਣੇ ਭਰਾ ਮਨਖੰਡ ਦੇ ਨਾਲ ਖੜ੍ਹਾ ਵਾਂ, ਮੈਨੂੰ ਇਹਦੇ 'ਚ ਵੀ ਬੜਾ ਗਰਵ ਮਹਿਸੂਸ ਹੁੰਦਾ ਪਿਆ ਵਾ। ਹੋਰ ਮੈਂ ਇੱਕ ਗੱਲ ਸਾਰਿਆਂ ਨੂੰ ਦੱਸਣੀ ਚਾਹੁੰਦਾ, ਤੁਸੀਂ ਦੇਖੋ ਕਿੱਡੀ ਵੱਡੀ ਲੰਬੀ ਲਾਈਨ ਲੱਗੀ ਹੋਈ ਆ। ਇਹਨਾਂ ਚੀਜ਼ਾਂ ਨੂੰ ਕਰਨਾ ਕੋਈ ਬਹੁਤ ਸੌਖਾ ਕੰਮ ਨਹੀਂ, ਕਹਿਣਾ ਬੜਾ ਸੌਖਾ ਵਾ ਵੀ ਆ ਜੀ ਇੱਦਾਂ ਕਰਤਾ ਉੱਦਾਂ ਕਰਤਾ, ਪਰ ਨਹੀਂ, ਇੱਕ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ, ਸਾਰੇ ਜਾਣੇ ਇਸ ਟਾਈਮ ਸਭ ਕੁਛ ਪੋਲੀਟੀਕਲ ਸਭ ਕੁਛ ਛੱਡ ਕੇ ਇੱਕ ਇਨਸਾਨ, ਚੰਗੇ ਇਨਸਾਨ ਬਣ ਕੇ ਇਹਨਾਂ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ ਕਰੋ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।